ਮਤਲਬ ਪੰਜ ਪਲੇਅਰ ਬਾਹਰ ਕਰ ਦੋ ਪਾਪਰ ਨੇ ਖਤਮ ਹੋ ਗਿਆ ਪੰਜ ਪਲੇਅਰ ਬਾਹਰ ਕਰ ਦੋ ਸੈਕਿੰਡ ਬਾਲ ਓਵਰ ਅਗਲਾ ਕੈਪਟਨ ਮਰੀਦ ਡਿਸਾਈਡ ਕਰਦੇ ਹੋਏ ਕਿਸ ਬੋਲਰ ਨੂੰ ਬੋਲਿੰਗ ਦਿੱਤੀ ਜਾਵੇ ਹਰਭੋ ਖਾਨਪੁਰ ਦੇ ਕੈਪਟਨ ਮਰੀਦ ਪਾਵਰ ਪਲੇ ਖਤਮ ਹੋ ਚੁੱਕਾ ਫਾਈਵ ਫੀਲਡਰ ਕੈਨ ਗੋ ਆਊਟਸਾਈਡ ਦ 30 ਯਾਰਡ ਸਰਕਲ ਕੈਪਟਨ ਦੀ ਸਾਈਡ ਵੀ ਵਿਲ ਬੈਕ ਆਫ 30 ਯਾਰਡ ਓਕੇ ਦ ਪਲੇ ਵਾਸ ਅਫਰੀਦੀ ਮਰੀਦ ਮਰੀਦ ਸਟਾਰਟ ਦਾ ਬੋਲਿੰਗ ਪ੍ਰੋਸੀਡਰ ਸਾਹਮਣੇ ਨੇ ਅਫਰੀਦੀ ਬਾਹਰ ਜਾ ਰਹੇ ਨੇ ਬਹੁਤ ਹੀ ਜ਼ਿਆਦਾ ਖੁਸ਼ੀ ਮਨਾਈ ਜਾ ਰਹੀ ਹੈ ਮਰੀਦ ਕਿਉਂਕਿ ਬਹੁਤ ਜ਼ਿਆਦਾ ਇਸ ਬੋਲਰ ਨੇ ਹਰਭੋ ਖਾਨਪੁਰ ਦੇ ਕੈਪਟਨ ਨੇ ਪਹਿਲੀ ਬਾਲ ਤੋਂ ਵੇਟ ਲੈ ਚੁੱਕੇ ਆ ਬਹੁਤ ਵਧੀਆ ਕਾਕੂ ਕਾਕੇ ਹੋ ਕਾਕੇ ਆਓ ਨਾਲੇ ਕਾਕੇ ਆ ਜਾ ਆ ਜਾ ਆ ਜਾ ਚੁੱਪ ਚੁੱਪ ਆ ਜਾ ਲਾਈਏ ਪ੍ਰਾਈਜ਼ ਆ ਜਾ ਆ ਜਾ ਆ ਜਾ ਅਕਲਾ ਬੰਨੇ ਦਾ ਕਰ ਆ ਜੀ ਸਕੋਰ
After that 2 over, 30 score. Over smart. End of the over. 30 score. After that 2 over. Abdul. बाकी देसा दे मैच ले अंदर दियो भाई गाना 50 स्कोर कौन है रहने और आ फॉर वन पहले वो चेना स्कोर भी दीदी सोलह लगे दो छक्के एक डबल ने दो सुंदर अमित भाई ने इस बोल पे दोनों ने इसे बोलने वाले ने बोलने वाले ने छक्के वाले सो तो दोनों वाले ने सो काकू शार बोलो चक दो हेलो
ਕੁਝ ਖਾਣਾ ਚਾਹੁੰਦੇ ਸੀਗੇ ਕੁਝ ਖਾਣ ਪੀਣ ਦੇ ਸਮਾਨ ਆਇਆ ਉਹਨਾਂ ਵਾਸਤੇ ਲਿਮਕਾ ਆਇਆ ਜਿਹੜੇ ਫੀਲਡ ਤੇ ਲੱਗੇ ਆ ਮੁੰਡੇ ਸਾਰਿਆਂ ਵਾਸਤੇ ਬੱਬੂ ਭਾਜੀ ਇੱਕ ਇੱਕ ਦੀ ਛਾਵੇ ਖੜੇ ਹੋਏ ਆ ਪੰਜਾਂ ਬੋਲਾਂ ਚ 15 ਸਕੋਰ ਆ ਬੱਬੂ ਭਾਜੀ ਦੇ ਹਾਂਜੀ ਸਟਾਰਟ ਹੋਇਆ ਜੀ ਮੈਚ ਹਾਂਜੀ ਅੰਪਾਇਰ ਜੀ ਓਕੇ ਚਲੋ ਜੀ ਕਰੋ ਸਟਾਰਟ ਬਹੁਤ ਅੱਛੀ ਬਾਲ ਉਨਾ ਹੀ ਅੱਛਾ ਕੱਟ ਸਿੰਗਲ अच्छा अच्छा बहुत ही अच्छा चकता छक्का गगनचुंबी मीटर लंबा छक्का लेग साइड पे बहुत अच्छी बैटिंग ਭਾਜੀ ਬੋਲ ਲੱਭਣ ਵਾਸਤੇ ਦੋ ਬੰਦੇ ਜਾਓ ਮਗਰ ਯਾਰ ਇੱਕ ਬੰਦਾ ਚੱਲ ਜਾਓ ਉੱਥੇ ਉਧਰ ਖੜਾ ਹੋ ਜਾਵੇ ਚਾਰ ਕੈਚ ਹੋਗੇ 200 ਬਣ ਗਿਆ ਚੱਲਦੇ ਅੱਸੀ 85 ਸਕੋਰ ਚੇਂਜ ਬਾਇਸ ਪੇਜ ਦੇ ਸ਼ਾਹ ਹੋਏ
बहुत ही अच्छे बल्लेबाजी की थी उन्होंने बहुत ही अच्छी किस्मत ਕਿੰਦੂ ਪਤਲਾ ਸਰੀਰ ਪਿੱਛੀਆਂ ਬੋਲਾਂ ਪਾਈ ਲੱਗਦਾ
ਬਾਬਾ ਨਾਨਕ ਸਾਰਿਆਂ ਤੇ ਕਿਰਪਾ ਰੱਖੇ। ਪਹਿਲੀ ਬੋਲ ਲੈ ਕੇ ਗੁਰਸਿੱਖ ਸਰਦਾਰ, ਮੇਰੇ ਗੁਰਸਿੱਖ ਸਰਦਾਰ ਮੇਰੇ ਵੀ ਖੜਾ ਤੇ ਬੋਲ ਲੱਗਾ ਛੱਕਾ ਲਾ ਰਿਹਾ। ਕਹਿੰਦੇ ਮੰਗੇ ਆਪਾਂ ਦੋਨੇ ਇੱਕ ਨੂੰ ਲੈ ਤੇ ਛੱਕਾ ਵਾਲਾ ਨੂੰ ਮਾਰੂਗਾ ਹੀ, ਸਕੋਰ ਮੈਂ ਵੀ ਦੇਣਾ ਆਪਣੀ ਟੀਮ ਨੂੰ। ਬਹੁਤ ਵਧੀਆ ਸ਼ਾਟ ਆ ਗਿਆ, ਛੱਕਾ ਆ ਗਿਆ। ਬੱਬੂ ਭਾਜੀ ਤੁਹਾਡੀ ਟੀਮ ਕਹਿੰਦੀ ਮਾਰੀ ਜਾਓ, ਮੰਗਣਾ ਨੀ ਕੀ ਮਾਰ ਰਹੇ। ਇੱਕ ਹੋਰ ਇੱਕ ਲੱਗ ਗਿਆ, ਬੱਬੂ ਭਾਈ ਨੇ ਵਿਚਾਰਾ ਜੋਰ ਜਵਾਤਾ ਆ ਗਿਆ ਵਿਚਾਰੇ। ਹੋਰ ਮੰਨੋ ਇੱਕ ਗੱਲ ਜੋੜੀ ਬਹੁਤ ਅੱਛੀ ਬੈਟਿੰਗ, 16-43 ਸਕੋਰ ਮਾਰ ਕੇ ਆ ਰਹੇ ਬੱਬੂ ਭਾਈ, ਬਹੁਤ ਵਧੀਆ ਬੈਟਿੰਗ। 16-43 ਸਕੋਰ Raman coming on the tee for batting. Gurshan Sarwar ne bat marne, Gurshan Sarwar ne bahut hi achhi wapsi karde hoye. Raman bandar hoya, 72 72 hoya. The son of Mr. Billa, Gurshan Sarwar phir taiyar, Manak ka sewadar. ਸਰਦਾਰ ਜੀ ਕਹਿੰਦੇ ਤਬਦੀਲੀ, ਦੂਜੀ ਬੋਲ ਦੇ ਇੱਕ ਬਰਡ ਨੇ ਇੱਕ ਛੱਕਾ ਦੇ ਨਾਲ ਹੀ ਬਰਡ ਨੇ ਬੜਾ ਮਾਰੀ ਉਹਨਾਂ ਨੇ, ਪਹਿਲੀ ਬੋਲ ਲਾਵੇ ਗੁਰਸਿੱਖ ਬਹੁਤ ਵਧੀਆ ਹਿੱਟ, ਬਹੁਤ ਵਧੀਆ ਬਹੁਤ ਹੀ ਵਧੀਆ ਬੋਲ ਕਰਦੇ ਹੋਏ ਸਿੰਧੂ ਭਾਜੀ ਦੁਆਰਾ। ਜਿਹੜਾ ਕੈਚ ਫੜੂ ਬਾਹਰ ਬਾਉਂਡਰੀ ਤੋਂ 50 ਰੁਪਏ ਇਨਾਮ ਦਿੱਤਾ ਜਾਊਗਾ। ਧੁੱਪ ਲੱਗੀ ਭਾਜੀ, ਤੁਹਾਨੂੰ ਪਤਾ ਆ ਮੈਚ ਖੇਡਣਾ ਆ। ਅਗਲੀ ਬੋਲ, ਸਾਊਂਡ ਬੰਦ, ਸਾਊਂਡ ਬੰਦ, ਸਾਊਂਡ ਬੰਦ। ਅਗਲੀ ਬੋਲ ਕੋਈ ਫੀਲਡਰ ਨਹੀਂ ਮਿਲਿਆ ਆਪਣੀ ਜਗ੍ਹਾ ਤੇ, 4 ਰਨ ਹੋਏ ਆ। ਬਹੁਤ ਵਧੀਆ ਖੇਲਿਆ ਆ ਬੱਲੇ ਨੇ ਰਮਨ, ਬਹੁਤ ਵਧੀਆ ਸ਼ਾਟ ਖੇਡਿਆ, ਕੋਈ ਵੀ ਫੀਲਡਰ ਨਹੀਂ ਮਿਲਿਆ, ਨਾ ਕਿਸੇ ਨੂੰ ਮੌਕਾ ਮਿਲਿਆ ਖੇਲਣ ਦਾ, ਸਿੱਧੇ 4 ਰਨ। ਟਾਰਗੇਟ ਜੀ 11:25 ਹੋਏ ਤੇ 11:35 ਤੋਂ ਸਟਾਰਟ ਹੋਈ ਹੈ ਮੈਚ, ਰੈਸਟ 10 ਮਿੰਟ ਦਿੱਤੀ ਗਈ ਆ। ਅਸੀਂ ਬਹੁਤ ਸਕੋਰ ਮਾੜਾ ਹੈ,
ਦੋ ਬੰਦੇ ਨਾਲ ਵੀ ਹਰਦੀਪ ਖਾਲਸਾ ਵਰਸੀ ਬਸੀ ਮਰੂਫ ਪ੍ਰੀ ਕੁਆਟਰ ਫਾਈਨਲ ਮੈਚ ਜੋ ਕਿ ਪਹਿਲੀ ਨੂੰ ਖੇਡ ਕੇ ਬਸੀ ਮਰੂਫ ਨੇ ਸਕੋਰ ਕੀਤਾ ਹੈ 84 ਪਹਿਲਾ ਬੋਲ ਚੜਦਾ ਹੋਇਆ ਕੱਲ ਦਾ ਟੂਰਨਾਮੈਂਟ ਅਗਲੇ ਸਾਲ ਹੀ ਹੋਣਾ ਫਿਰ ਬਹੁਤ ਵਧੀਆ ਮੁਕਾਬਲਾ ਹਰਦੋ ਖਾਨਪੁਰ ਤੇ ਬਸੀ ਕਿਹਦੀ ਰਾਤ ਨੂੰ ਵੀ ਚੱਲਣਾ ਸੀਗਾ ਮੈਚ ਇੱਥੇ ਰਾਤ ਨੂੰ ਲਾਈਟਾਂ ਲੱਗ ਜਾਂਦੀਆਂ ਸੱਜਣ ਗਰਾਊਂਡ ਚ ਨਹੀਂ ਆ ਉਹ ਸਾਡੇ ਪੰਜਾਬੀ ਨੈਟ ਯੂਟਿਊਬ ਚੈਨਲ ਤੇ ਦੇਖ ਸਕਦੇ ਆ ਲਾਈਵ ਮੈਚ ਚੱਲਦਾ ਹੋਇਆ ਅਮਿਤ ਕਰੀਬ
ਨਿਸ਼ਾਨੀ ਲੱਗ ਗਈ ਲਾਇਆ ਹੈ ਛੱਕਾ ਦੂਰ ਉੱਧਰ ਹੈ ਕੱਟੂ ਕੜ ਛੱਕਾ ਆ ਜੋ ਤੋਂ ਪਾਰ ਜੀਦਾ ਸੀ ਕਾਰੇ ਮੁੰਡੇ ਪੜ ਗਈ ਝੰਡੀ ਜੋ ਤੋਂ ਪਾਰ ਨਿਕਲੀ ਹੈ ਜੀ ਆਪਰੇ ਤਾਂ ਹੋਵੇ ਆਪਰੇ ਹੋਈ ਬਣਾ ਸਾਰਾ ਉੱਪਰ ਹਾਂ ਫੇਰ ਹੁਣ ਬੂਟੀ ਛਾਂ ਹੋਈ ਸਾਰੇ ਪੱਧਰੀ ਹੋ ਜਾਵੇ ਹੋਰ ਮਾੜੀ ਦੇ ਨਾਲ ਨਾਲ ਛੱਕਾ ਆ ਜਾਂ ਫਿਰ ਆਹ ਥਾਂ ਮਿਲ ਜਾਵੇ ਨਾਲ ਕੈਮਰਾ ਐਨ ਕਿੱਡਾ ਕਰਦੀ ਹੈ ਜੀ ਚੱਕਣਾ ਵੀ ਫੜਫੜ ਹੈ ਕੈਮਰਾ ਤਾਂ ਲਾਇਆ ਤਾਂ ਭਾਈ ਨੇ ਸਹੀ ਹੈ ਬਹੁਤ ਸਹੀ ਲਾਇਆ ਪਾਣੀ ਚ ਪਾਇਆ ਵੀ ਕੈਮਰਾ ਬਰਾਬਰ ਖੜਾਇਆ ਸਿੱਧਾ ਸਾਈਡ ਤੇ ਨੀ ਹੈਗਾ ਹਾਂ ਇੱਧਰ ਹੈਗਾ ਕਿਸੇ ਫਿਲਡਰ ਦੇ ਕੋਲ ਮੌਕਾ ਨਹੀਂ ਖੜੇ ਹੋ
ਸਰਕਾਰ ਕਿੰਨੇ ਮਾਰ ਗਿਆ ਉਹ ਆਪਣਾ ਬੈਟਿੰਗ ਕਰ ਰਿਹਾ ਚੰਗਾ ਹੀ ਮਾਰ ਗਿਆ ਤੈਨੂੰ ਹੋਇਆ ਵੀ ਵਸਤ ਕਰਨੇ ਦੇ ਤੇ ਵਸਤ ਕਰਨੇ ਦੇ ਕੋਈ ਚੱਕਰ ਨਹੀਂ ਜਿੰਨਾ ਵਾਰ 14 24 ਸਕੋਰ ਮਾਰੇ ਲਾਈ ਡੱਕੇ ਦਾ ਹੁਣੇ ਲਵਾ ਨਹੀਂ ਨਹੀਂ 24 24 ਤੈਨੂੰ ਇਹ ਚਾਹੀਦਾ ਹੈ ਬਹੁਤ ਬਹੁਤ ਚਾਂਸ ਦਾ ਫੀਲਡ ਸੈਂਟੀ ਬਲੈਟੀ ਸ਼ਾਟ ਕੰਨਾ ਦਾ ਆਪਣਾ ਬੈਟ ਸੈਂਟੀ ਬਲੈਟ ਨਥਿੰਗ ਚਾਂਸ ਟੂ ਪਲੇ ਫੁੱਲ ਸਪੀਡ ਫੋਰ ਮਰੀਤ ਭਾਜੀ ਸਾਨੂੰ ਮਿਲਣ ਆ ਕੇ ਹਰਜੋ ਖਾਨ ਭਾਜੀ ਐਂਟਰੀ ਹੋਵੇ ਬੈਲੈਂਸ ਆ ਮਰੀਤ ਭਾਜੀ ਮਿਲ ਲੈਣ ਮੇਰਾ ਸਟੇਜ ਤੇ ਜੇ ਮੈਚ ਤੋਂ ਬਾਅਦ ਮਿਲਣਾ ਤਾਂ ਮੈਚ ਤੋਂ ਬਾਅਦ ਮਿਲਣਾ ਕੋਈ ਚੱਕਰ ਨਹੀਂ ਦੀਪਕ ਆਪਣਾ ਦੂਸਰਾ ਓਵਰ ਲੈ ਕੇ ਲੈਫਟ ਆਰਮ ਫਰਮਾਨ ਇੱਕ ਹੱਥ ਨਾਲ ਕੈਚ ਹੋ ਗਿਆ ਕੈਚ ਹੋ ਗਿਆ ਹੱਥ ਬੱਲੇਬਾਜ਼ ਦਾ ਕੀਤਾ ਕੈਚ ਬਾਉਂਡਰੀ ਲਾਈਨ ਦੇ ਉੱਤੇ ਬਹੁਤ ਹੀ ਅੱਛਾ ਕੈਚ ਪਾਣੀ ਫਿਰਦੀ ਹੁਣ ਵੇਡੀ ਆਡੇ ਉੱਡਦਾ ਨੀ ਲੱਗੇ ਆ ਇੱਕ ਟਿੱਡਾ ਜਿਹਾ ਬੈਠਾ ਦੇਖਦਾ ਲੱਗਦਾ ਪਤਾ ਵੀ ਲੱਗਦਾ ਬੜਾ ਵੀ ਹਰੇ ਰੰਗ ਦਾ ਹੀ ਭਰੀ ਡਿੱਗਣਾ ਕਿੱਦਾਂ ਸਾਫਾ ਮੂਹਰੇ ਅੱਛਾ ਬੈਠੇ ਬਾਈ ਬਹਿ ਮੈਂ ਯਾਰ ਬਾਈ ਬਹਿ ਠੰਡਾ ਰਹਿੰਦਾ ਰਵੇ ਖੁਸ਼ੀ ਦੁੱਗਾ ਵਾਲੇ ਦੀ ਗੱਲ ਕਰਨ ਜਾ ਰਹੇ ਹਾਂ
54-2-12. ਹਾਂਜੀ ਸਕੋਰ ਤੁਸੀਂ ਦੌੜ ਕੇ ਆਓ ਤੇ 30-32 ਮੈਂ ਜਾਵਾਂ ਉੱਥੇ ਮੈਂ ਆ ਜਾਓ ਭਾਜੀ ਦੇਖੋ ਸੱਟ ਸੁੱਟ ਤਾਂ ਨਹੀਂ ਲੱਗੀ ਤੁਹਾਡੇ ਕੋਈ ਠੀਕ ਹੈ ਜੀ ਓਕੇ ਓਕੇ ਨਾਨਕ ਦੇਵ ਜੀ ਸੱਟ ਨਾ ਲੱਗੇ ਕਿਸੇ ਦੇ ਖੇਡਦੇ ਹੋਏ ਹੋਰ ਕਿੰਨਾ ਜੀ ਧੰਨ ਬਾਬਾ ਨਾਨਕ ਸਭ ਤੇ ਕਿਰਪਾ ਕਰੇ ਹੋਰ ਸਕੋਰ ਕਿੰਨੇ
ਸਕੋਰ ਦੱਸ ਦਿਓ 44 ਓਵਰ ਕਿੰਨੇ 5 5 ਓਵਰ 5 ਓਵਰ ਲਾਸਟ ਓਵਰ ਰਿਮੇਨਿੰਗ ਲਾਸਟ ਓਵਰ ਆਫ ਦਾ ਇਨਿੰਗ ਲਾਸਟ ਆਫ ਦਾ ਮਾਰਨਿੰਗ ਟੂ ਕਿੰਨਾ ਹੋ ਗਿਆ ਭਾਜੀ 6 ਬੱਲਾ ਬਗਾਰੀ ਰਹਿੰਦਾ 6 ਬੱਲੇ 42 ਸਕੋਰ ਹੁੰਦੇ ਆ ਜੀ ਕਹਿੰਦੇ ਬੱਬੂ ਭਾਈ ਬੋਲਿੰਗ ਨੂੰ ਬੱਬੂ ਭਾਈ ਬਹੁਤ ਹੀ ਹਵਾ ਦਿੱਤੀ ਦੋ ਸੀਗੇ 3-4 ਬੱਲੇ ਬੱਬੂ ਭਾਈ ਨੇ ਕਰਨੇ ਕੱਲ ਤੋੜਨ ਦਾ ਪਹਿਲੀ ਬੋਲ ਤੋਂ ਪਹਿਲੀ ਵਿਕਟ ਬੱਬੂ ਭਾਈ ਨੇ ਲੈ ਬੱਬੂ ਭਾਈ ਆਪਣੀ ਅਗਲੀ ਬੋਲ ਲੈ ਕੇ ਚਲੋ ਆਏ ਬਾਈ ਛੱਡੋ ਰਹਿਣ ਦੋ ਮਰੀਤ ਭਾਜੀ ਕੈਪਟਨ ਮਹਿਬੂਬ ਖਾਨ ਤੋਂ ਬੇਨਤੀ ਹੈ ਵੀ ਐਮ ਪੀ ਸੀ